ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਾਈ ਜੈਤਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਦਾ ਬਾਅਦ ਦੇ ਵਿੱਚ ਅਸਲ ਨਾਮ ਅੰਮ੍ਰਿਤ ਛੱਕ ਕੇ ਭਾਵੇਂ ਭਾਈ ਜੀਵਨ ਸਿੰਘ ਰੱਖਿਆ ਗਿਆ, ਪਰ ਭਾਈ ਜੈਤਾ ਜੀ ਜਿਹੜਾ ਉਹਨਾਂ ਦਾ ਪਹਿਲਾ ਨਾਮ, ਜਿਸ ਵੇਲੇ ਗੁਰੂ ਪਾਤਸ਼ਾਹ ਦੇ ਸਨਮੁਖ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਪਹੁੰਚੇ ਨੇ, ਗੁਰੂ ਪਾਤਸ਼ਾਹ ਨੇ ਕਿਹੜੇ ਕਿਹੜੇ ਵਚਨ ਉਚਾਰੇ ਨੇ, ਕਿਹੜੇ ਕਿਹੜੇ ਵਰ ਰੰਗਰੇਟਿਆਂ ਨੂੰ ਦਿੱਤੇ ਨੇ, ਕਿਸ ਤਰ੍ਹਾਂ ਛਾਤੀ ਦੇ ਨਾਲ ਲਾ ਕੇ ਭਾਈ ਜੈਤੇ ਨੂੰ ਗੁਰੂ ਪਾਤਸ਼ਾਹ ਜੀ ਇੱਕ ਗੱਲ ਕਹਿ ਰਹੇ ਆ, ਉਸ ਵੇਲੇ ਦੀਆਂ ਚੰਦ ਲੈਣਾ ਮੇਰੇ ਢਾਡੀ ਜਥੇ ਤੋਂ ਸੁਣਦੇ ਜਾਣਾ ਕਿ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਭਾਈ ਜੈਤੇ ਨੂੰ ਰੰਗਰੇਟੇ ਗੁਰੂ ਕੇ ਬੇਟੇ ਹੋਣ ਦਾ ਵਰ ਦੇ ਰਹੇ ਆ। ਉਸ ਵੇਲੇ ਦਾ ਸੀਨ ਢਾਡੀ ਜਥਾ ਜਗਜੀਤ ਸਿੰਘ ਜੋਸ਼ ਖਾਲਸਾ ਹੀ ਬੀਬੀਆਂ ਲੁਧਿਆਣਾ ਵਾਲੇ ਗਾ ਕੇ ਇਸ ਤਰ੍ਹਾਂ ਬਿਆਨ ਕਰ ਰਿਹਾ ਜੀ।